ਅੱਛਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਭਾਰਤ ਦਾ ਰੁਪਈਆ ਆ ਉਹ ਲਗਾਤਾਰ ਗਿਰਦਾ ਪਿਆ ਆ ਔਰ ਹੁਣ ਡਾਲਰ ਦੇ ਮੁਕਾਬਲੇ ਇਹਨੇ ਇੱਕ ਹੋਰ ਨਵਾਂ ਰਿਕਾਰਡ ਬਣਾਤਾ ਆ ਔਰ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਆ ਆ ਉਹ 올 ਟਾਈਮ ਲੋ 82 ਰੁਪਏ 32 ਪੈਸੇ ਦੇ ਜਿਹੜਾ ਉਹ ਪਹੁੰਚ ਗਿਆ ਆ ਇੰਪੋਰਟ ਤੋਂ ਲੈ ਕੇ ਅਮਰੀਕਾ ਦੇ ਵਿੱਚ ਹੁਣ ਜਿਹੜਾ ਪੜਨ ਆ ਉਹ ਮਹਿੰਗਾ ਹੋ ਗਿਆ ਆ ਇਸ ਤੋਂ ਇਲਾਵਾ ਤੁਹਾਨੂੰ ਦੋ ਤਿੰਨ ਕਾਰਨ ਦੱਸੂਗਾ ਕਿ ਆਖਿਰ ਜਿਹੜੀ ਇਹ ਪ੍ਰੋਬਲਮ ਆ ਕਿਉਂ ਰਹੀ ਆ ਸਭ ਤੋਂ ਪਹਿਲਾਂ ਦੋਸਤੋ ਕੀ ਆ ਜਾ ਰਿਹਾ ਆ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਜਿਹੜੇ ਇਨਵੈਸਟਰ ਆ ਉਹ ਭਾਰਤੀ ਸ਼ੇਰਾਂ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਕਢਾਲ ਰਹੇ ਆ ਰੂਸ ਯੂਕਰੇਨ ਦਾ ਜਿਹੜਾ ਯੁੱਧ ਆ ਗਲੋਬਲ ਟੈਂਸ਼ਨ ਬਣੀ ਹੋਈ ਆ ਉਹਦੇ ਕਰਕੇ ਵੀ ਤੁਹਾਨੂੰ ਪਤਾ ਲੋਕ ਵਪਾਰ ਕਰਨ ਦੇ ਵਿੱਚ ਵੀ ਡਰਦੇ ਪਏ ਆ ਤੇ ਜੋਖਮ ਜਿਹੜਾ ਆ ਉਹ ਘਟ ਲੈਣ ਦੇ ਕਰਕੇ ਜਿਹੜੇ ਆ ਸਾਰੇ ਬੰਦੇ ਜਾਂ ਸਾਰੇ ਜਿਹੜੇ ਮੌਲਕ ਆ ਉਹ ਸੋਨੇ ਦੀ ਤਰ੍ਹਾਂ ਜਿਹੜਾ ਆ ਉਹ ਡਾਲਰ ਨੂੰ ਚਟਾਨ ਦੇ ਵਿੱਚ ਮਤਲਬ ਚਲਨ ਜਿਹੜਾ ਆ ਉਹ ਵਧ ਗਿਆ ਹੋਇਆ ਹੈ ਲੋਕ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਡਾਲਰ ਆ ਉਹਨੂੰ ਜ਼ਿਆਦਾ ਇਕੱਠਾ ਕੀਤਾ ਜਾ ਸਕੇ ਜਿਵੇਂ ਸੋਨੇ ਨੂੰ ਕਰਦੇ ਆ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਪਈਆ ਜਿਹੜਾ ਆ ਦੁਬਾਰਾ ਉੱਠੇਗਾ ਕਿਉਂਕਿ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਜਿਹੜੀ ਆ ਉਹ ਵਧੇਗੀ ਬਾਕੀ ਦੋਸਤੋ ਇਨਫੋਰਮੇਸ਼ਨ ਸਾਰੀ ਜਿਹੜੀ ਆ ਤੁਸੀਂ ਜਾ ਕੇ ਚੈੱਕ ਜ਼ਰੂਰ ਕਰਿਆ ਕਰੋ ਖਬਰਾਂ ਜ਼ਰੂਰ ਪੜਿਆ ਕਰੋ ਖੁਸ਼ ਰਹੋ ਤੇ ਜੀ